सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। लुधियाना दे जवाहर नगर कैंप दिया ने जिथे बीती देर रात उस वेले हंगामा हो गया जदों दो धिरां विचाले खूनी झड़प हो गई अते इस झगड़े दौरान एक पुलिस मुलाजम भी जख्मी हो गया जिसनों लुधियाना दे सिविल हस्पताल च दाखिल कराया गया। फिलहाल मौके ते पुजी पुलिस वल्लों इस मामले दी जांच कीती जा रही है। दरअसल एक पक्ष दा आरोप है कि दूजे पक्ष दे लोकां ने कम तों वापस आ रहे एक नौजवान दा पिछा कीता ते विरोध करन ते उन्हां दे घर ते हमला कर दिता जिन्हां दे कोल तेज धार हथियार भी सन। मामला निजी रंजिश दा दस्या जा रहा है। ਭਤੀਜੇ ਦੇ ਹੱਥੀ ਪੈ ਗਏ ਅਤੇ ਪਿੱਛੇ ਲੱਗ ਗਿਆ ਸੀਗਾ ਜੀ। ਮੇਰੇ ਭਤੀਜੇ ਦੇ ਪਿੱਛੇ ਲੱਗ ਗਏ ਜੀ। ਚੌਂਕੀ ਗੱਲ ਨੂੰ ਕੰਮ ਤੋਂ ਆ ਰਿਹਾ ਸੀਗਾ ਜੀ। ਮੈਂ ਸ਼ਹਿਰ ਦੇ ਗੱਡੀ ਤੋਂ ਆਉਂਦਾ ਸੀਗਾ ਜੀ। ਮੈਨੂੰ ਫੋਨ ਗਿਆ ਤੇ ਭਤੀਜੇ ਦੇ ਮਗਰ ਮੁੰਡੇ ਲੱਗੇ ਖਬਰੀ ਹੋਈ। ਅਸੀਂ ਕਿਹੜੇ ਬੰਦੇ ਲੱਗੇ ਜੀ? ਖਬਰੀ ਆ ਜੀ, ਆਰਾਮ ਹੋ ਰਹੀ ਹੈ ਜੀ। ਅਸੀਂ ਚੌਂਕੀ ਚ ਕਮੇਰ ਦੇਣ ਚਲੇ ਗਏ ਜੀ। ਇਹ ਮੇਰਾ ਭਤੀਜਾ ਜੀ, ਠੀਕ ਹੈ ਜੀ। ਸਾਡੀ ਕੋਈ ਰੰਜਿਸ਼ ਨਹੀਂ ਇਹਨਾਂ ਨਾਲ, ਠੀਕ ਹੈ ਸਰ। ਅਸੀਂ ਚੌਂਕੀ ਚ ਵੋਟ ਕਰਾਉਣ ਦੇ ਇਹਨਾਂ ਨੇ ਬਾਹਰੋਂ ਮੁੰਡੇ ਬੁਲਾਏ ਹੋਏ ਸੀਗੇ ਘਰੇ। ਅਸੀਂ ਇੱਕ ਮੁੰਡਾ ਵੀ ਫੜਿਆ ਇੱਧਰ ਆਉਂਦੇ ਹੋਏ ਜੀ। ਇਹਨਾਂ ਨੇ ਉੱਥੋਂ ਟੀਕਾ ਹਥਿਆਰ ਫੜਿਆ, ਇੰਚਾਰਜ ਸਾਹਿਬ ਦੇ ਹਵਾਲੇ ਕੀਤਾ। ਇਹ ਮੇਰੇ ਮੂੰਹ ਤੇ ਸੱਟ ਲੱਗੀ, ਦੰਦ ਮੇਰੇ ਤੋਂ ਹੋਏ ਲੱਗੇ ਆ। ਸਾਨੂੰ ਜਾਨ ਤੂੰ ਖਤਰਾ ਜੇ ਮੇਰੀ ਜਾਨ ਨੂੰ ਕੁਝ ਹੁੰਦਾ ਤੇ ਜ਼ਿੰਮੇਵਾਰ ਬੰਦੇ ਰਾਮ ਆ। ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਮੁਤਾਬਕ ਜ਼ਖਮੀ ਪੁਲਿਸ ਕਰਮੀ ਦਾ ਇਲਾਜ ਕਰਾਇਆ ਜਾ ਰਿਹਾ ਜਦਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਕਚੁਅਲੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਚੱਲਦੀ ਹੈ ਜਿਸ ਦੇ ਚੱਲਦੇ ਇਹਨਾਂ ਦੀ ਲੜਾਈ ਹੋਈ ਆ। ਬਾਕੀ ਜਾਂਚ ਕੀਤੀ ਜਾ ਰਹੀ ਹੈ, ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਉਹ ਕਾਰਵਾਈ ਕਰ ਦਿੱਤੀ ਜਾਊਗੀ। ਤੇ ਭਾਈ ਕਿਹੜੇ ਗਰੁੱਪ ਨੇ ਜਿਹੜੇ ਵੀ ਦੋ ਲੜਾਈ ਹੋਈ ਹੈ ਜਿਹੜੀ? ਜੀ ਦੋ ਗਰੁੱਪਾਂ ਦੇ ਪੂਰਾ ਕਲੀਅਰ ਨਹੀਂ ਹੈਗਾ। ਐਕਚੁਅਲੀ ਜਿਹੜੇ ਆਪਣੇ ਇੰਚਾਰਜ ਕੋਚਰ ਮਾਰਕੀਟ ਨੇ, ਉਹ ਜਿਹੜੇ ਸਾਡਾ ਮੁਲਾਜ਼ਮ ਜ਼ਖਮੀ ਹੋਇਆ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਨੇ, ਉਹਨਾਂ ਤੋਂ ਵੈਰੀਫਾਈ ਕਰ ਰਹੇ ਹਾਂ। ਉਹਨਾਂ ਨੂੰ ਕਲੀਅਰ ਕਰਕੇ ਪਰਚਾ ਜੋ ਵੀ ਮਤਲਬ ਕਿ ਲੀਗਲ ਪ੍ਰੋਸੀਡਿੰਗ ਹੋਊਗੀ ਉਹ ਕਰ ਦਾਂਗੇ। ਮੰਨ ਲਓ ਉਹਨਾਂ ਨੇ ਫੋਨ ਕੀਤਾ ਸੀ ਪੁਲਿਸ ਨੂੰ ਤੇ ਇਹਨਾਂ ਨੇ ਪੁਲਿਸ ਤੇ ਵੀ ਵਾਰ ਕੀਤਾ? ਐਕਚੁਅਲੀ ਇਹਨਾਂ ਦੀ ਬੇਸਿਕਲੀ ਲੜਾਈ ਇੱਕ ਦੂਜੇ ਤੇ ਹੋਈ। ਹਾਂਜੀ, ਸਾਡਾ ਇੱਕ ਮੁਲਾਜ਼ਮ ਜ਼ਰੂਰ ਜ਼ਖਮੀ ਹੋਇਆ, ਬਾਕੀ ਅਸੀਂ ਉਹਨਾਂ ਦਾ ਕਾਂਸਟੇਬਲ ਗੁਰਪ੍ਰੀਤ ਸਿੰਘ। ਤੇ ਭਾਈ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਉਹਨਾਂ ਨੂੰ? ਉਹਨਾਂ ਦੀ ਇੰਜਰੀ ਆਈ ਹੈ ਜੀ, ਬਾਕੀ ਉਹ ਹਸਪੀਟਲ ਤੋਂ ਆਪਾਂ ਵੈਰੀਫਾਈ ਕਰ ਸਕਦੇ ਹਾਂ। ਹਜੇ ਸਾਨੂੰ ਕਲੀਅਰ ਨਹੀਂ ਹੋਇਆ ਵੀ ਉਹਨਾਂ ਦੀ ਕਿੰਨੀ ਇੰਜਰੀ ਆਈ ਹੈ।